ਇਹ ਜਿਹੜਾ ਘਟਨਾਕ੍ਰਮ ਹੋਇਆ, ਮੈਂ ਮੌਕੇ 'ਤੇ ਸੀ, ਮੈਂ ਮੁੱਖ ਗਵਾਹ ਹਾਂ। ਇਹ ਜਿਹੜੀ ਪ੍ਰਨੀਤ ਕੌਰ ਦੇ ਗੁੰਡਿਆਂ ਨੇ ਕਿਵੇਂ ਸਹਿਰੇ ਪਿੰਡ ਦੇ ਵਿੱਚ ਸਾਡੇ 'ਤੇ ਜ਼ੁਲਮ ਕੀਤਾ, ਸਾਡਾ ਕੀ ਕਸੂਰ ਸੀ? ਇਹਨਾਂ ਨੇ ਸਾਡੇ ਜਦੋਂ ਮੁੱਖ CM ਰਹਿੰਦੇ ਹੋਏ ਸਾਡੇ 5 ਪਿੰਡ ਉਜਾੜੇ ਸੀ, ਅਸੀਂ ਉਹਨਾਂ ਦੀਆਂ ਜਿਹੜੇ ਸਾਨੂੰ ਉਜਾੜੇ ਸੀ ਉਹਦੇ ਸਵਾਲ ਜਵਾਬ ਕਰਨ ਗਏ ਸੀ ਸ਼ਾਂਤਮਈ ਤਰੀਕੇ ਨਾਲ। ਇੱਕ ਜਿਹੜਾ ਸੰਯੁਕਤ ਮੋਰਚੇ ਦੀ ਕਾਲ 'ਤੇ ਸਵਾਲ ਜਵਾਬ ਕਰਨੇ ਸੀ ਉਹ ਕਰਨੇ ਸੀ, ਕਿਵੇਂ ਸਾਨੂੰ ਉੱਥੇ ਦਰੜਿਆ ਗਿਆ, ਧੱਕਾ ਮੁੱਕੀ ਕਰੀ, ਕਿਵੇਂ ਸਾਡਾ ਇਹਨਾਂ ਨੇ ਕਿਸਾਨ ਆਗੂ ਸ਼ਹੀਦ ਕਰ ਦਿੱਤਾ ਗਿਆ। ਤੁਸੀਂ ਦੇਖੋ ਇੱਕ ਸਾਡੀ ਆਵਾਜ਼ ਰੱਖਣ ਵਾਸਤੇ ਵੀ ਅੱਜ ਸਾਨੂੰ ਦੇਖੋ ਕਿਵੇਂ ਬੈਰੀਕੇਡਿੰਗ ਕਰੀ ਹੋਈ ਆ ਜੀ, ਕਿਵੇਂ BJP ਦੇ ਦਲਾਲਾਂ ਨੂੰ ਕਿਵੇਂ ਬਚਾ ਰਹੇ ਨੇ, ਜਿਨ੍ਹਾਂ ਨੇ ਸਾਡੇ 'ਤੇ ਜ਼ੁਲਮ ਕਰ ਰਹੇ ਨੇ ਸਾਡੇ, ਉਹਨਾਂ ਨੂੰ ਦੇਖੋ ਕਿਵੇਂ ਬਚਾ ਰਹੇ ਨੇ। ਦੇਖੋ ਗੱਲ ਇਹ ਆ ਵੀ ਸਾਡਾ ਜਿਹੜਾ BJP ਦਾ ਵਿਰੋਧ ਹੈ, ਜਿਹਨੇ ਕਤਲ ਕਰਿਆ ਹੋਇਆ ਸਾਡੇ ਕਿਸਾਨ ਦਾ, ਅਸੀਂ ਸਾਡੀ ਇਹ ਵੀ ਉਹਨੂੰ ਗ੍ਰਿਫਤਾਰ ਕਰਿਆ ਜਾਵੇ, ਅਸੀਂ ਸਿਰਫ ਉਹ ਵਿਰੋਧ ਕਰਕੇ ਲੱਗੇ ਹੋਏ ਕਰਨ, ਪਰ ਪੰਜਾਬ ਸਰਕਾਰ ਜੋ ਅੱਜ ਰੁੱਖ ਅਪਣਾਉਣ ਲੱਗੀ ਹੋਈ ਹੈ ਉਹ ਬਿਲਕੁਲ BJP ਦੇ ਪੱਖ ਦੇ ਵਿੱਚ ਲੱਗੇ ਹੋਏ ਆ, ਉਹ ਕਰਨ ਜੋ ਵੀ ਚੱਲ ਰਿਹਾ। ਸਾਡੇ ਕਾਫੀ ਕਿਸਾਨ ਗ੍ਰਿਫਤਾਰ ਕਰ ਲਏ, ਸਾਨੂੰ ਪਤਾ ਲੱਗਿਆ ਵੀ 1000 ਕਿਸਾਨ ਸਾਡਾ ਅਲੱਗ ਅਲੱਗ ਗ੍ਰਿਫਤਾਰ ਹੋ ਚੁੱਕਿਆ ਹੁਣ ਤੱਕ, ਬਾਕੀ ਜਿਹੜੇ ਕਿਸਾਨ ਅਸੀਂ ਬਚੇ ਅਸੀਂ ਅੱਗੇ ਲੱਗਿਆ ਜਾਣ, ਕਿਉਂਕਿ ਅਸੀਂ BJP ਦਾ ਵਿਰੋਧ ਕਰਨਾ ਪਹਿਲਾਂ, ਕਿਉਂਕਿ ਜਦੋਂ ਤੱਕ ਜਿਹੜਾ ਸਾਡਾ ਕਿਸਾਨ ਕਤਲ ਕਰਿਆ ਗਿਆ ਉਹਨੂੰ ਇਨਸਾਫ ਨਹੀਂ ਦਵਾ ਦਿੰਦੇ, ਇਹ ਮੋਰਚਾ ਜਿਉਂ ਦੀ ਤਿਉਂ ਚੱਲਦਾ ਰਹੂਗਾ, ਕਿਉਂਕਿ ਸਾਨੂੰ ਇਨਸਾਫ ਲੈਣਾ। ਇਨਸਾਫ ਦੇ ਵਿੱਚ ਕੀ ਮੰਗ ਕੀਤੀ ਗਈ ਤਾਂ ਗ੍ਰਿਫਤਾਰੀ, ਉਸ ਤੋਂ ਇਲਾਵਾ ਮੇਨ ਗ੍ਰਿਫਤਾਰੀ ਆ, ਉਹਦਾ ਸ਼ਹੀਦ ਦਾ ਦਰਜਾ, ਉਹਦਾ ਮਹਾਰਾਣੀ ਦੇ ਪਰਚਾ 120B ਦੇ ਤਹਿਤ, ਕਾਫੀ ਮੰਗਾਂ ਨਾਲ ਜਵਾਬ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਜੀ। ਜਿਹੜਾ ਜ਼ਰੂਰੀ ਆ, ਜੋ ਵੀ ਅਸੀਂ ਕਹਿੰਦੇ ਵੀ ਜਿੰਨਾ ਜਲਦੀ ਹੋ ਸਕੇ ਕਰਨਗੇ ਤਾਂ ਅਸੀਂ ਪਿੱਛੇ ਮੁੜ ਜਾਣੀ, ਅਨਲਿਮਿਟਡ ਸਮੇਂ ਲਈ ਇਹ ਤਰਨਾ ਚੱਲਣਾ, ਜਿਹੜਾ ਇਕੱਠੇ ਹੋ ਕੇ ਕਿਸਾਨ ਚੱਲੇ ਨੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਤੁਹਾਡੇ ਸਾਹਮਣੇ ਇੱਥੇ ਵੀ ਹੈ ਅਤੇ ਸ਼ਾਮ ਤੱਕ ਹੋਰ ਵੀ ਆ ਜਾਣਾ ਤੁਹਾਡੇ ਸਾਹਮਣੇ, ਤੁਹਾਨੂੰ ਆਪ ਪਤਾ ਲੱਗੀ ਜਾਊਗਾ ਕਾਫਲੇ ਵਧਣ 'ਤੇ ਹੀ। ਤੁਸੀਂ ਦੇਖ ਰਹੇ ਸੀ ਇਹ ਸਨ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਕੀਮਤ 'ਤੇ ਆਪਣਾ ਜਿਹੜਾ ਧਰਨਾ ਹੈਗਾ ਉਹ ਦੇ ਕੇ ਰਵਾਂਗੇ, ਅਤੇ ਹਜ਼ਾਰਾਂ ਦੀ ਗਿਣਤੀ ਸਾਡੇ ਕਿਸਾਨ ਜਿਹੜੇ ਪਹਿਲਾਂ ਅਰੈਸਟ ਕਰ ਲਏ ਨੇ ਅਤੇ ਹੁਣ ਅੱਗੇ ਵੀ ਸਾਨੂੰ ਪੁਲਿਸ ਧੱਕੇ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਅਸੀਂ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਕਰਕੇ ਹਟਾਂਗੇ। ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ।